ਅੱਜ ਪਿੰਡ ਮਨਸੂਰਵਾਲ ਕਲਾਂ ਵਿਖੇ ਸਰਦਾਰ ਗੁਰਮੇਲ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦੇ ਗ੍ਰਹਿ ਵਿਖੇ ਜੋ ਸਾਡੇ ਹਲਕੇ ਤੋਂ MLA ਕੁਲਬੀਰ ਸਿੰਘ ਜੀ ਜੀਰਾ ਜਿਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਕੁਛ ਕਾਂਗਰਸ ਪਾਰਟੀ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਸੀ, ਅੱਜ ਦੁਬਾਰੇ ਹੁਣ ਉਹਨਾਂ ਨੂੰ ਬਹਾਲ ਕਰਨ 'ਤੇ ਮੈਂ ਕਾਂਗਰਸ ਪਾਰਟੀ ਦਾ, ਕੈਪਟਨ ਅਮਰਿੰਦਰ ਸਿੰਘ ਜੀ ਦਾ ਔਰ ਜਾਖੜ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਇਹ ਜੋ ਪੰਜਾਬ ਦਾ MLA ਇੱਕ ਹੀਰਾ MLA ਹੈ ਜਿਸ ਦੀ ਚੀਰੇ ਹਲਕੇ ਦੇ ਵਿੱਚ ਹੀ ਸ਼ਾਖ ਨਹੀਂ, ਇਸ ਦੀ ਪੂਰੇ ਇੰਡੀਆ ਦੇ ਵਿੱਚ ਹੀ ਸ਼ਾਖ ਆ, ਕਿਉਂਕਿ ਇਸ MLA ਨੇ ਯੂਥ ਕਾਂਗਰਸ ਦੇ ਵਿੱਚ ਹੁੰਦਿਆਂ, ਅਹਿਮ ਅਹੁਦੇ 'ਤੇ ਹੁੰਦਿਆਂ ਯੂਥ ਕਾਂਗਰਸ ਨੂੰ ਮਜ਼ਬੂਤ ਕੀਤਾ ਅਤੇ ਹੁਣ ਆਉਂਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹ ਜੀਰਾ ਹਲਕੇ ਤੋਂ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਇਹ ਜੋ ਕਾਂਗਰਸ ਪਾਰਟੀ ਦੀ ਮਦਦ ਕਰਕੇ ਆਉਣ ਵਾਲੀਆਂ ਲੋਕ ਸਭਾ ਦੀਆਂ ਸੀਟਾਂ ਨੂੰ ਜਿਤਾ ਕੇ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣਗੇ। ਮੈਂ ਇੰਦਰਜੀਤ ਸਿੰਘ ਜੀਰਾ ਜੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਮਿਹਨਤ ਅਤੇ ਮਸ਼ੱਕਤ ਦੇ ਨਾਲ ਇਸ ਖਦਾ ਕੁਲਬੀਰ ਸਿੰਘ ਜੀ ਜੀਰਾ ਜੀ ਨੂੰ ਚੰਗੀ ਸਿੱਖਿਆ ਦੇ ਕੇ ਇੱਥੋਂ ਤੀਕਰ ਪਹੁੰਚਾਇਆ। ਅਸੀਂ ਸਮੂਹ ਗ੍ਰਾਮ ਪੰਚਾਇਤ ਪਿੰਡ ਮਨਸੂਰਵਾਲ ਕਲਾਂ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਦੁਬਾਰੇ ਮੁੜ ਇਹਨਾਂ ਨੂੰ ਬਹਾਲ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਗਰ ਮਨਸੂਰਵਾਲ ਕਲਾਂ ਦੀ ਸਾਰੀ ਸੰਗਤ ਨੇ ਇਕੱਠਿਆਂ ਹੋ ਕੇ ਜੋ ਸਾਡੇ ਹਲਕਾ MLA ਕੁਲਬੀਰ ਸਿੰਘ ਜੀ ਜੀਰਾ ਜਿਨ੍ਹਾਂ ਨੂੰ ਹਾਈਕਮਾਂਡ ਨੇ ਅੱਜ ਬਹਾਲ ਕੀਤਾ, ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸਾਰੇ ਸਾਡੇ ਨਗਰ ਵਾਸੀਆਂ ਨੇ ਲੱਡੂਆਂ ਦਾ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਜੋ ਕੁਲਬੀਰ ਸਿੰਘ ਜੀਰਾ MLA ਨੇ ਅਹਿਮ ਫੈਸਲੇ ਲਏ ਆ, ਸਾਡੇ ਨਗਰ ਦੀ ਇਲਾਕੇ ਦੀ ਮੰਗ ਹੈ ਕਿ ਕੁਲਬੀਰ ਸਿੰਘ ਜੀਰਾ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇ, ਇੱਕ ਵੱਡੇ ਅਹੁਦੇ 'ਤੇ ਲਾਇਆ ਜਾਵੇ। ਅਸੀਂ ਸਮੂਹ ਕਾਂਗਰਸੀ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸੁਨੀਲ ਜਾਖੜ ਜੀ, ਆਸ਼ਾ ਕੁਮਾਰੀ, ਇਹਨਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਹਲਕੇ ਦੇ MLA ਕੁਲਬੀਰ ਸਿੰਘ ਜੀਰਾ ਜੀ ਨੂੰ ਪਾਰਟੀ ਦੇ ਵਿੱਚ ਲੈ ਕੇ ਉਹਨੂੰ ਅਹਿਮ ਅਹੁਦਾ ਬਖਸ਼ਿਆ। ਅਸੀਂ ਸਮੂਹ ਕਾਂਗਰਸ ਪਾਰਟੀ ਧੰਨਵਾਦ ਕਰਦੇ ਹਾਂ। ਵਾਹਿਗੁਰੂ।